ਡਾਕਟਰ ਅਮਰਜੀਤ ਕੌਂਕੇ ਦਾ ਜਨਮ 1964 ਵਿੱਚ ਲੁਧਿਆਣਾ ਵਿਖੇ ਹੋਇਆ। ਪੰਜਾਬੀ ਸਾਹਿਤ ਵਿੱਚ MA PhD ਦੀ ਡਿਗਰੀ ਹਾਸਲ ਕਰਨ ਉਪਰੰਤ ਲੈਕਚਰਰ ਵਜੋਂ ਆਪਨੇ ਅਧਿਆਪਨ ਕੀਤਾ ਤੇ ਕਰ ਰਹੇ ਹਨ। ਛੇ ਕਾਵਿ ਸੰਗ੍ਰਹਿ ਨਿਰਵਾਣ ਦੀ ਤਲਾਸ਼, ਦਵੰਦ ਕਥਾ, ਯਕੀਨ, ਸ਼ਬਦ ਰਹਿਣਗੇ ਕੋਲ, ਸਿਮਰਤੀਆਂ ਦੀ ਲਾਲਟੈਨ ਅਤੇ ਪਿਆਸ ਪ੍ਰਕਾਸ਼ਿਤ ਹਨ। ਹਿੰਦੀ ਵਿੱਚ ਮੁੱਠੀ ਭਰ ਰੋਸ਼ਨੀ, ਅੰਧੇਰੇ ਮੇਂ ਆਵਾਜ਼, ਅੰਤਹੀਨ ਦੌੜ, ਬਣ ਰਹੀ ਹੈ ਨਈ ਦੁਨੀਆ, ਚਾਰ ਕਾਵਿ ਸੰਗ੍ਰਹਿ। ਇਸ ਤੋਂ ਇਲਾਵਾ 40 ਦੇ ਕਰੀਬ ਪੁਸਤਕਾਂ ਦਾ ਅਨੁਵਾਦ ਕੀਤਾ ਹੈ। ਬਾਲ ਸਾਹਿਤ ਦੀਆਂ 5 ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆਂ ਹਨ ਤੇ ਵੱਖੋ ਵੱਖ ਯੂਨੀਵਰਸਿਟੀਆਂ ਦੇ ਵਿੱਚ ਇਹ ਉਹਨਾਂ ਦੇ ਬਾਰੇ 'ਚ ਬਹੁਤ ਸਾਰੇ MPhil ਤੇ PhD ਦੇ 12 ਤੋਂ ਵੱਧ ਸ਼ੋਧ ਕਾਰਜ ਹੋਏ ਹਨ। ਸਾਹਿਤ ਅਕਾਦਮੀ ਦਿੱਲੀ ਵੱਲੋਂ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਵੀ ਆਪਨੇ ਹਾਸਲ ਕੀਤਾ। ਭਾਸ਼ਾ ਵਿਭਾਗ ਪੰਜਾਬ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਵੀ ਆਪ ਨੂੰ ਸਨਮਾਨ ਮਿਲਿਆ ਹੋਇਆ ਹੈ। ਆਪਾਂ ਕੈਨੇਡਾ ਅਤੇ ਹੋਰ ਅਨੇਕ ਸੰਸਥਾਵਾਂ ਵੱਲੋਂ ਆਪ ਸਨਮਾਨਿਤ ਹਨ। ਸਾਹਿਤਿਕ ਮੈਗਜ਼ੀਨ ਪ੍ਰਤੀਮਾਨ ਦੀ ਆਪ 2003 ਤੋਂ ਨਿਰੰਤਰ ਪ੍ਰਕਾਸ਼ਨਾਂ ਦਾ ਕੰਮ ਕਰ ਰਹੇ ਹਨ। ਅਮਰਜੀਤ ਕੌਂਕੇ ਦੀ ਕਵਿਤਾ ਉਸਦੇ ਸਮਿਆਂ ਦੇ ਸਮਾਜ ਦੀ ਯਥਾਰਥਕ ਤਸਵੀਰ ਹੈ। ਉਹ ਖੁਦ ਲਿਖਦੇ ਨੇ, ਮੇਰੀਆਂ ਕਵਿਤਾਵਾਂ ਨੂੰ ਉਹਨਾਂ ਦੇ ਸਿਰਜਣ ਵਰਿਆਂ ਦੇ ਪਰਿਪੇਖ ਵਿੱਚ ਪੜ੍ਹਦਿਆਂ ਤੁਸੀਂ ਉਹਨਾਂ ਵੇਲਿਆਂ ਦੇ ਇਤਿਹਾਸਕ, ਰਾਜਨੀਤਿਕ ਸਮਿਆਂ ਤੇ ਹਾਲਾਤਾਂ ਦੇ ਵੇਰਵਿਆਂ ਨੂੰ ਜਾਣਨ ਵਿੱਚ ਕਾਮਯਾਬ ਹੋ ਜਾਂਦੇ ਹੋ। ਮੇਰੀ ਕਵਿਤਾ ਵਿੱਚ ਆਪਣੇ ਸਮਕਾਲੀ ਸਮਿਆਂ ਦੀਆਂ ਧੁਨੀਆਂ ਸੁਣਾਈ ਦਿੰਦੀਆਂ ਹਨ। ਅਮਰਜੀਤ ਕੌਂਕੇ ਲਈ ਕਵਿਤਾ ਮੁਕਤੀ ਦਾ ਸਾਧਨ ਹੈ। ਕਵਿਤਾ ਉਹਨਾਂ ਦੀ ਕਵਿਤਾ ਦਾ ਦਾਇਰਾ ਮਨੁੱਖਤਾ ਹੈ। ਉਹਨਾਂ ਵਾਸਤੇ ਕਵਿਤਾ ਦੀ ਨਦੀ ਸਦਾ ਐਸੀ ਨਦੀ ਹੈ ਜਿਹੜੀ ਉਹਨਾਂ ਨੂੰ ਆਪਣੇ ਜਿਸਮ 'ਚ ਵਗਦੀ ਮਹਿਸੂਸ ਹੁੰਦੀ ਹੈ। ਅਮਰਜੀਤ ਕੌਂਕੇ ਆਪਣੀਆਂ ਜੜ੍ਹਾਂ ਨਾਲ ਜੁੜਿਆ ਕਵੀ ਹੈ। ਉਹ ਆਪਣੇ ਪਿੰਡ ਨੂੰ, ਪਿੰਡ ਦੇ ਲੋਕਾਂ ਨੂੰ, ਰਿਸ਼ਤਿਆਂ ਨੂੰ ਤੇ ਦੂਰ ਰਹਿ ਗਏ ਘਰਾਂ ਨੂੰ ਤੇ ਭੁਰ ਦੀਆਂ ਕੰਧਾਂ ਨੂੰ ਬੜੀ ਸ਼ਿੱਦਤ ਨਾਲ ਯਾਦ ਕਰਦਾ ਹੈ। ਉਹ ਮੱਧ ਵਰਗੀ ਪਰਿਵਾਰ ਦੇ ਵਿੱਚ ਤੰਗੀਆਂ ਤੁਰਸ਼ੀਆਂ ਵਾਲੇ ਜੀਵਨ 'ਚ ਪੈਦਾ ਹੋਇਆ ਸੀ। ਇਸੇ ਲਈ ਉਹ ਲਿਖਦੇ ਨੇ, ਮੇਰਾ ਬਚਪਨ ਇੱਕ ਕੈਕਟਸ ਵਾਂਗ ਹੈ ਜਿਸ ਦੀਆਂ ਜੜ੍ਹਾਂ ਨੂੰ ਪਾਣੀ ਨਸੀਬ ਨਹੀਂ ਹੋਇਆ। ਰੁੱਖੀ ਹਵਾ, ਬਲ ਦੀ ਦੁਪਹਿਰ, ਅਣਸੁਖਾਵਾਂ ਮੌਸਮ, ਪਰ ਫਿਰ ਵੀ ਇਸ ਕੈਕਟਸ ਤੇ ਇੱਕ ਨਿੱਕਾ ਜਿਹਾ ਫੁੱਲ ਖਿੜਿਆ, ਉਹ ਹੈ ਕਵਿਤਾ ਦਾ ਫੁੱਲ। ਤੇ ਇਸ ਤਰ੍ਹਾਂ ਅਮਰਜੀਤ ਕੌਂਕੇ ਦੀ ਸ਼ਾਇਰੀ ਜਿੱਥੇ ਰੂਹ ਦੀ ਆਵਾਜ਼ ਹੈ ਉੱਥੇ ਨਾਲ ਹੀ ਸਮਿਆਂ ਦੀ ਸਰਤਾਜ ਹੈ। ਉਹਨਾਂ ਦੀ ਸ਼ਾਇਰੀ ਦੀਆਂ ਪੁਸਤਕਾਂ ਨੂੰ ਅਸੀਂ ਇਸ ਤਰ੍ਹਾਂ ਲਿਖਦੇ ਹਾਂ ਕਿ ਸਿਮਰਤੀਆਂ ਦੀ ਲਾਲਟੈਨ ਲੈ ਕੇ ਦਾਇਰਿਆਂ ਦੀ ਕਬਰ 'ਚੋਂ ਨਿਕਲ ਕੇ ਨਿਰਵਾਣ ਦੀ ਤਲਾਸ਼ ਵਿੱਚ ਸ਼ਬਦ ਰਹਿਣਗੇ ਕੋਲ ਦਾ ਯਕੀਨ ਰੱਖ ਕੇ ਦਵੰਦ ਕਥਾ ਸਿਰਜਣ ਵਾਲੇ ਅਮਰਜੀਤ ਕੌਂਕੇ ਨੂੰ ਹਾਲੇ ਵੀ ਸ਼ਬਦਾਂ ਦੀ ਪਿਆਸ ਹੈ ਤੇ ਪ੍ਰਤੀਮਾਨ ਉਸਦੀ ਜਿੰਦ ਜਾਨ ਹੈ। ਇਸੇ ਪ੍ਰਕਾਰ ਮੁੱਠੀ ਭਰ ਰੋਸ਼ਨੀ ਲੇਕਰ, ਅੰਧੇਰੇ ਮੇਂ ਆਵਾਜ਼ ਲਗਾ ਕੇ, ਆਕਾਸ਼ ਕੇ ਪੰਨੋ ਪਰ ਅੰਤਹੀਨ ਦੌੜ ਦੌੜ ਤੇ ਉਸਨੇ ਉਮੀਦ ਦਿਖਾਈ ਹੈ ਕਿ ਉਹ ਚਲਤਾ ਰਹੇ, ਚਲਤਾ ਰਹੇ, ਚਲਤਾ ਰਹੇ। ਇਸ ਪ੍ਰਕਾਰ ਅਮਰਜੀਤ ਕੌਂਕੇ ਦੀ ਸ਼ਾਇਰੀ ਨੂੰ ਅਸੀਂ ਮਾਣਦੇ ਹਾਂ, ਪੜ੍ਹਦੇ ਹਾਂ ਤਾਂ ਇੰਜ ਲੱਗਦਾ ਹੈ ਜਿਵੇਂ ਉਸਦੇ ਨਾਲ ਨਾਲ ਅਸੀਂ ਵੀ ਉਂਗਲ ਫੜ ਕੇ ਤੁਰੇ ਜਾ ਰਹੇ ਹਾਂ ਔਰ ਸਮਿਆਂ ਦੇ ਉਸ ਪ੍ਰਵਾਹ ਦੇ ਵਿੱਚ ਅਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਜਿਸ ਸਮਿਆਂ ਦੇ ਵਿੱਚ ਉਹਨਾਂ ਦੀ ਸ਼ਾਇਰੀ ਜਿਹੜੀ ਹੈ ਉਹ ਲਿਖੀ ਗਈ ਤੇ ਉਹਨਾਂ ਨੂੰ ਮਿਲੇ ਮਾਨ ਸਨਮਾਨ। ਉਹਨਾਂ ਦੀ ਸ਼ਾਇਰੀ, ਉਹਨਾਂ ਦੇ ਲਫ਼ਜ਼ ਸਾਨੂੰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹਨਾਂ ਨੇ ਹਾਲੇ ਲੰਬਾ ਪੈਂਡਾ ਤੈਅ ਕਰਦਿਆਂ ਹੋਇਆ ਪੰਜਾਬੀ ਸ਼ਾਇਰੀ ਨੂੰ
ਹੋਰ ਉੱਚੇ ਮੁਕਾਮ ਤੇ ਲੈ ਕੇ ਜਾਣਾ ਹੈ ਤੇ ਬਹੁਤ ਪੰਜਾਬੀ ਭਾਸ਼ਾ ਨੂੰ ਅਮੀਰ ਕਰਨਾ ਹੈ। ਅਨੁਵਾਦ ਦੇ ਖੇਤਰ ਵਿੱਚ ਆਪਣੇ ਕਾਰਜ ਕਰਦਿਆਂ ਹੋਇਆਂ ਉਹਨਾਂ ਵਾਸਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਕਰਦੇ ਹਾਂ। ਬਹੁਤ ਬਹੁਤ ਸ਼ੁਭ ਕਾਮਨਾਵਾਂ, ਤੁਹਾਡਾ ਸਫ਼ਰ ਜਾਰੀ ਰਹੇ।